ਗੁਰੂ ਨਾਨਕ ਦੇਵ ਮਹਾਰਾਜ ਖਡੂਰ ਸਾਹਿਬ ਵਿਖੇ ਜੋਤ ਜਗਾਉਂਦੇ ਆ ਤਾਂ ਉਹਨਾਂ ਨੇ ਕਿਹਾ, ਗੁਰਸਿੱਖੋ ਕੋਈ ਐਸਾ ਪ੍ਰੇਮੀ ਹੈ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਗੱਲਾਂ ਨੂੰ ਸੁਣਾਵੇ। ਹੁਣ ਸੁਣੀਆਂ ਸੁਣਾਈਆਂ ਗੱਲਾਂ ਆਪਾਂ ਕਰ ਲੈਂਦੇ ਹਾਂ ਜਾਂ ਪੜ੍ਹ ਲੈਂਦੇ ਹਾਂ ਕਿਤਾਬਾਂ ਵਿੱਚੋਂ। ਮਹਾਰਾਜ ਜੀ ਕਹਿੰਦੇ, ਐਸਾ ਕੋਈ ਹੈ ਜੇ ਗੁਰੂ ਨਾਨਕ ਦੀ ਗੱਲ ਨੂੰ ਸੁਣਾਵੇ। ਬੇਨਤੀ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੱਗੇ ਕਿ ਭਾਈ ਬਾਲਾ ਜੀ ਅਜੇ ਹੈਗੇ ਹੈ। ਉਹਨਾਂ ਨੂੰ ਬੁਲਾਇਆ ਗਿਆ ਨਨਕਾਣਾ ਸਾਹਿਬ ਤੋਂ, ਰਾਏ ਭੋਇਨ ਦੀ ਤਲਵੰਡੀ ਤੋਂ ਖਡੂਰ ਸਾਹਿਬ ਆਏ ਔਰ ਸਾਖੀ ਸੁਣਾਉਣੀ ਆਰੰਭ ਕੀਤੀ ਔਰ ਲਿਖਣੀ ਵੀ ਆਰੰਭ ਕੀਤੀ। ਕਈ ਕਈ ਦਿਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਮਾਧੀ ਲੱਗ ਜਾਂਦੀ। ਉਸ ਤੋਂ ਉਪਰੰਤ ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਉਮਰ ਥੋੜ੍ਹੀ ਰਹਿ ਗਈ ਆ, ਕੁਛ ਦਿਨ ਘੜੀਆਂ ਪਲਾਂ ਦਾ ਹੀ ਸਵਾਸ ਚੱਲਣੇ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਕੋਲੋਂ ਉਹਨਾਂ ਨੂੰ ਉਮਰ ਦੇ ਕੇ ਪੂਰੀ ਸਾਖੀ ਕਰਾਈ। ਦਾਸ ਸੰਤ ਈਸ਼ਰ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ 2 ਸਾਲ ਲੰਗਰ 'ਚ ਸੇਵਾ ਕੀਤੀ, 15 ਸਾਲ ਅਖੰਡ ਪਾਠਾਂ ਦੇ ਵਿੱਚ ਸੇਵਾ ਕੀਤੀ। ਸੰਤ ਮਹਾਰਾਜ ਜੀ ਦੇ ਪਹਿਲੇ ਡਰਾਈਵਰ ਦਾਸ ਦੇ ਪਿਤਾ ਜੀ ਸਨ। ਮੈਨੂੰ 5 ਮਿੰਟ ਮਿਲਿਆ, 5 ਮਿੰਟ ਦੇ ਵਿੱਚ ਮੈਂ ਕੀ ਜੀਵਨ ਸੁਣਾ ਸਕਦਾ ਉਹਨਾਂ ਮਹਾਂਪੁਰਸ਼ਾਂ ਦੇ ਬਾਰੇ। ਤੁਸੀਂ ਸੁਣਨ ਆਏ ਉਹਨਾਂ ਦੇ ਮਹਾਂਪੁਰਸ਼ਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ। ਪਰ ਅਫਸੋਸ ਦੀ ਗੱਲ, ਕਿਤੇ ਵੀ ਜਾਂਦੇ ਹਾਂ ਅਸੀਂ 5-10 ਮਿੰਟ, ਕੀ ਉਹਨਾਂ ਦੀ ਗੱਲ ਨੂੰ ਅੱਜ ਸੁਣਨੀ ਆਏ ਤੁਸੀਂ? ਉਹੀ ਸੁਣਾ ਸਕਦਾ ਜਿਹੜਾ ਗੁਰੂ ਨਾਨਕ ਦੇ ਨਾਲ ਰਹੇ ਭਾਈ ਬਾਲਾ ਜੀ, ਜਾਂ ਜਿਨ੍ਹਾਂ ਨੇ ਸੰਤ ਮਹਾਰਾਜ ਸੰਤ ਈਸ਼ਰ ਸਿੰਘ ਮਹਾਰਾਜ, ਸੰਤ ਕਿਸ਼ਰ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ ਹੋਵੇ, ਉਹਨਾਂ ਦੇ ਬਚਨਾਂ ਨੂੰ ਕਮਾਇਆ ਹੋਵੇ। ਆਓ, ਬੜਾ ਇਸ ਚੀਜ਼ ਦਾ ਅਫਸੋਸ ਹੁੰਦਾ ਕਿ 5 ਮਿੰਟ ਦੇ ਅੰਦਰ ਤੁਹਾਨੂੰ ਕੀ ਸੁਣਾ ਸਕਦੇ ਉਹਨਾਂ ਦੇ ਜੀਵਨ ਬਾਰੇ। ਗੁਰੂ ਨਿਰਵਾਣਾ ਨਾਨਕ ਜਿੱਥੇ ਉਹਨਾਂ ਦੇ ਨਾਨਕਾ ਸਿੱਧ ਕਿਰਪਾ ਹੋਈ, ਮਾਤਾ ਮਹਿਤਾਬ ਕੌਰ ਦੇ ਕੁੱਖ ਦੇ ਉੱਤੇ ਔਰ ਮਾਤਾ ਰਤਨ ਕੌਰ ਦੀ ਕੁੱਖ ਤੋਂ ਸੰਤ ਈਸ਼ਰ ਸਿੰਘ ਮਹਾਰਾਜ ਦਾ 5 ਅਗਸਤ 1905 ਨੂੰ ਜਨਮ ਹੋਇਆ। ਦੂਸਰੀ ਕਿਰਪਾ ਸੁਪਨੇ ਦੇ ਵਿੱਚ ਅਕਾਲ ਪੁਰਖ ਨੇ ਕੀਤੀ ਬਾਬਾ ਰਾਮ ਸਿੰਘ ਦੇ ਉੱਤੇ ਔਰ ਉਹਨਾਂ ਨੂੰ ਗੁਲਾਬ ਦਾ ਫੁੱਲ ਦਿੱਤਾ ਔਰ ਗੁਲਾਬ ਸਿੰਘ ਨਾਮ ਰੱਖਿਆ। ਤੀਸਰੀ ਕਿਰਪਾ ਸੰਤ ਬੀਰਮਦਾਸ ਜੀ ਕੋਲੋਂ ਹੋਈ, ਜਿਨ੍ਹਾਂ ਨੇ ਪੁੱਛਿਆ, ਰਾਮ ਸਿੰਘ ਲੰਬੜਦਾਰ ਇਹ ਕੌਣ ਹੈ? ਕਿਹਾ, ਮਹਾਰਾਜ 2 ਵਾਰ ਫਿਰ ਕਿਹਾ। ਤੀਸਰੀ ਵਾਰ ਕਹਿੰਦੇ, ਮਹਾਰਾਜ ਇਹ ਮੇਰਾ ਪੁੱਤਰ ਹੈ। ਕਹਿੰਦੇ, ਨਹੀਂ, ਤੈਨੂੰ ਭੁਲੇਖਾ ਇਸ ਗੱਲ ਦਾ, ਇਹ ਪੁੱਤਰ ਤੇਰਾ ਨਹੀਂ, ਇਹ ਅਕਾਲ ਪੁਰਖ ਦਾ ਪੁੱਤਰ ਹੈ, ਸੰਸਾਰ ਨੂੰ ਤਾਰਨ ਵਾਸਤੇ ਆਇਆ ਹੈ। ਕੋਲੇ ਬੈਠ ਕੇ ਅਸੀਂ ਡਰਦੇ ਸੀ ਕਿਤੇ ਮਹਾਂਪੁਰਸ਼ ਕਹਿਣ ਬੱਚੇ ਸ਼ਰਾਰਤੀ ਹੁੰਦੇ ਨੇ, ਕਿਤੇ ਇਹਨਾਂ ਨੂੰ ਲੈ ਚਿਹਰਾ ਪੜਿਆ ਮਹਾਂਪੁਰਸ਼ਾਂ ਨੇ, ਉਹਨਾਂ ਦੀ ਕਿਰਪਾ ਹੋਈ ਕਿ ਬੜੇ ਬੜੇ ਮਿਨਿਸਟਰ ਵੀ ਟਾਈਮ ਮੰਗ ਕੇ ਇਹਨਾਂ ਕੋਲੋਂ ਦਰਸ਼ਨ ਕਰਿਆ ਕਰਨਗੇ, ਰਾਜਾ ਜੋਗੀ ਹੋਣਗੇ। ਤੀਸਰੀ ਕਿਰਪਾ ਹੋਈ। ਚੌਥੀ ਕਿਰਪਾ
ਰੇੜੂ ਸਾਹਿਬ ਵਿਖੇ ਸੰਤ ਆਤਰ ਸਿੰਘ ਮਹਾਰਾਜ ਜੀ ਦੀ ਹੋਈ। ਦਾਸ ਦੇ ਭੈਣ ਜੀ ਉੱਥੇ ਪਿੰਡ ਬਰਵਾਲਾ ਨਾਲ ਹੀ, ਉਹਨਾਂ ਦੇ ਬਾਬਾ ਜੀ ਪ੍ਰਾਹੁਣੇ ਦੇ ਬਾਬਾ ਜੀ ਉਹ ਸੰਤ ਇਸ ਆਤਰ ਸਿੰਘ ਮਹਾਰਾਜ ਦੇ ਗੜਵਈ ਸਨ। ਜਦੋਂ ਸੰਤ ਈਸਰ ਸਿੰਘ ਮਹਾਰਾਜ ਉੱਥੇ ਗਏ, ਉਹ ਬਾਬਾ ਜੀ ਦੇ ਮੈਂ ਦਰਸ਼ਨ ਕੀਤੇ, ਉਹਨਾਂ ਨੇ ਬਚਨ ਬਿਲਾਸ ਵੀ ਕੀਤੇ, ਮੈਂ ਉਹ ਸੁਣਾ ਨਹੀਂ ਸਕਦਾ, ਉਹਨੇ ਸਮਾਂ ਨਹੀਂ। ਇਸ ਕਰਕੇ ਸੰਤ ਆਤਰ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਉੱਥੋਂ ਸਾਰੀ ਦੁਨਿਆਵੀ ਵਿੱਦਿਆ ਪ੍ਰਾਪਤ ਕੀਤੀ ਔਰ ਆਤਮਿਕ ਵਿੱਦਿਆ ਪ੍ਰਾਪਤ ਕੀਤੀ, ਔਰ ਉਹਨਾਂ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਬਿਸ਼ਨ ਸਿੰਘ ਰਾਉਣੀ, ਸੰਤ ਬਿਸ਼ਨ ਸਿੰਘ ਰਾਉਣੀ, ਜਿਨ੍ਹਾਂ ਨੇ ਸੰਤ ਮਹਾਰਾਜ ਜੀ ਨੂੰ ਪਟਿਆਲੇ ਵਿਖੇ ਬੁਲਾ ਕੇ ਅੰਮ੍ਰਿਤਸਰ ਸੇਵਾ 'ਤੇ, ਉਹ ਵੀ ਉੱਧਰ ਨਨਕਾਣਾ ਸਾਹਿਬ ਦਰਸ਼ਨ ਕਰਨਗੇ, ਮੈਂ ਪੂਰੇ ਵਿਸਤਾਰ ਨਾਲ ਸੁਣਾ ਨਹੀਂ ਸਕਦਾ। ਉਹਨਾਂ ਨੇ ਗਿਆਨ ਸਿੰਘ ਰਾੜੇ ਦੇ ਨਾਲ ਮਿਲਾਪ ਕਰਾਏ ਔਰ ਰਾੜੇ ਦੇ ਮਿਲਾਪ ਤੋਂ ਬਾਅਦ ਸੰਤ ਮਹਾਰਾਜ ਜੀ ਰਾੜਾ ਸਾਹਿਬ ਦੀ ਧਰਤੀ ਨੂੰ ਭਾਗ ਲਾਉਣ ਵਾਲੇ ਦੇ ਕਚਾਵਾ ਪੈਲ ਦੇ ਸਟੇਸ਼ਨ 'ਤੇ ਉੱਤਰ ਕੇ ਪੈਦਲ, ਸਾਡੇ ਪਿੰਡ ਨਗਰ ਦਾ ਕਰਮ ਸਿੰਘ ਮੱਲ ਭਲਵਾਨ ਸੀ, ਉਹ ਅੜਦਲੀਆ ਸੀ, ਉੱਥੇ ਗੁਰਬਖਸ਼ ਸਿੰਘ ਹੈਡ ਗ੍ਰੰਥੀ ਸੀ ਰਾੜਾ ਪਿੰਡ ਦੇ ਵਿੱਚ, ਉਹਦੀ ਡਿਊਟੀ ਲਾਈ ਕਿ ਅੱਠਾਂ ਪਹਿਰਾਂ ਬਾਅਦ ਅਸੀਂ ਖਿਚੜੀ ਜਾਂ ਥੋੜ੍ਹਾ ਭੋਜਨ ਖਾਂਦੇ ਹਾਂ, ਬਾਹਰ ਖੂਹੀ ਜਾਂ ਦਰਸ਼ਨ ਕਰਦੇ ਹਾਂ ਆਪਾਂ, ਉੱਥੇ ਜਾ ਕੇ ਬਹਿ ਜਾਣਾ ਸਾਰਾ ਦਿਨ। ਗਿਆਨ ਸਿੰਘ ਰਾੜਾ ਵੀ ਰੋਂਦਾ ਸੀ ਭੁੱਬਾਂ ਮਾਰ ਕੇ, ਦਾਸ ਨੂੰ ਪਤਾ ਪਹਿਲੀ ਦੇ ਵਰਸੀ ਦੇ ਉੱਤੇ ਕਿ ਮੈਂ ਮੇਰੇ ਚੁਗਲਕੋਰਾਂ ਨੇ ਚੁਗਲੀ ਕੀਤੀ, ਮੈਨੂੰ ਨਹੀਂ ਪਤਾ ਸੀ ਰੱਬ ਦਾ ਰੂਪ ਹੈ, ਮੈਂ ਇਹਨਾਂ ਨੂੰ ਕਹਿ ਦਿੱਤਾ ਤੁਸੀਂ ਇੱਥੋਂ ਚਲੇ ਜਾਓ। ਉਹਨੇ ਉਠਾ ਦਿੱਤਾ ਸੀ ਸੰਤ ਮਹਾਰਾਜ ਜੀ ਨੂੰ, ਪਰ ਕਟਾਰੇ ਦੀ ਮਾਤਾ ਦੀ ਕਿਰਪਾ ਹੋਈ, ਉਹਨੇ ਕਿਹਾ ਮਹਾਰਾਜ ਕਿੱਥੇ ਜਾਣਾ, ਆਹ ਜਗ੍ਹਾ ਪਈ ਆ ਸਿਆਮਲਾਟ ਕਟਾਰੀ ਪਿੰਡ ਦੀ, ਮੈਂ ਦੂਸਰੀ ਜਗ੍ਹਾ ਉਹਨਾਂ ਨੂੰ ਦੇ ਦੇਣੀ ਆ, ਸਿਆਮਲਾਟ ਦੇ ਉੱਤੇ ਬੈਠੋ, ਉੱਥੇ ਛੱਪੜ ਪਾਈ ਗਈ। ਮਾਇਆ ਨੂੰ ਹੱਥ ਨਹੀਂ ਲਾਉਂਦੇ ਸੀ ਮਹਾਰਾਜ ਤਾਂ ਜ਼ਿੰਦਗੀ, ਕਹਿੰਦੇ ਸਪਰੀ ਦੇ ਵਿੱਚ ਹੀ ਗੁਜ਼ਾਰਾਂਗੇ, ਬੜੇ ਅਸੀਂ ਜ਼ਮੀਨ ਜਾਇਦਾਦ ਤਾਂ ਛੱਡ ਕੇ ਆਏ, ਪਰ ਅਸੀਂ ਤਾਂ ਉਸ ਰੱਬ ਦੀ ਬਿੰਦਗੀ ਕਰਨੀ ਆ। ਤੇਰੇ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰ ਸੋ ਲੈਣ ਮਲਾਏ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਅਮਨ ਕਾਹੇ ਸੁਆਉ, ਜਨ ਕੇ ਸੰਗ ਚਿਤਾਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਦੇ ਜਨ ਕੋ ਸਦਾ ਨਮਸਕਾਰ। ਸੰਸਾਰ ਨੂੰ ਮੁਕਤ ਕਰਨ ਵਾਸਤੇ ਆਏ ਸਨ। ਦਾਸ ਨੂੰ ਕਦੇ ਗੱਡੀ ਵਿੱਚ ਵੀ ਬਿਠਾ ਕੇ ਦੀਵਾਨਾਂ ਵਿੱਚ ਲਿਜਾਇਆ ਕਰਦੇ, ਔਰ ਆਓ ਸਮਾਂ ਨਹੀਂ ਜਾ ਦਿੰਦਾ, ਸਾਰਾ ਹੋ ਗਿਆ ਕਿ ਕਿਸ ਤਰ੍ਹਾਂ ਮਹਾਂਪੁਰਸ਼ਾਂ ਦਾ ਜੀਵਨ ਸੀ, ਕਿਸ ਤਰ੍ਹਾਂ ਉਹਨਾਂ ਨੇ ਰਹੇ ਔਰ ਬ੍ਰਿੰਗਮ ਸਾਹਿਬ ਵਿੱਚ ਕਿਸ ਤਰ੍ਹਾਂ ਸਰੀਰ ਦਾ ਪਰਿਤਿਆਗ ਕੀਤਾ, ਔਰ ਸਾਰੇ ਪ੍ਰੇਮੀ ਜਿਹੜੇ ਉਹਨਾਂ ਨੇ ਦਰਸ਼ਨ ਕੀਤੇ, ਅੱਜ ਕਹਿੰਦੇ ਆ ਸਾਰੇ ਸਾਨੂੰ ਬਹੁਤ ਪਿਆਰ ਕਰਦੇ ਸੀ, ਸਾਡੇ 'ਤੇ ਬੜੀ ਕਿਰਪਾ ਸੀ, ਸਾਰਿਆਂ 'ਤੇ ਕਿਰਪਾ ਸੀ। ਗੁਰੂ ਨਾਨਕ ਦੇ ਘਰ ਦੀ ਵਡਿਆਈ, 50 ਸਾਲ ਕੀਰਤਨ ਕੀਤਾ, ਸਿਰਫ ਵਡਿਆਈ ਕੀਤੀ ਤਾਂ ਗੁਰੂ ਨਾਨਕ ਗੁਰੂ ਸਾਹਿਬਾਨਾਂ ਦੀ, ਜਾਂ ਬਾਬਾ ਆਨੰਦ ਸਿੰਘ ਦੀ ਇੱਕ ਵਾਰ ਵਡਿਆਈ ਕੀਤੀ, ਕੈਸਟ ਬਣੀ ਸੀ, ਉਹ ਦਾਸ ਨੂੰ ਸੁਣਾ ਨਹੀਂ ਸਕਦਾ ਪੂਰੀ ਸਾਖੀ। ਇਸ ਕਰਕੇ ਆਓ ਪ੍ਰੇਮੀਓ, ਉਸ ਮਹਾਂ ਆਤਮਾ ਦੀ ਯਾਦ ਵਿੱਚ ਜੁੜੇ ਹਾਂ ਆਪਾਂ, ਔਰ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣਾ। ਸੰਤ ਬਾਬਾ ਭੁਪਿੰਦਰ ਸਿੰਘ ਜਿਨ੍ਹਾਂ ਨੇ ਰੱਜ ਕੇ ਮਹਾਂਪੁਰਖਾਂ ਦੀ ਸੇਵਾ ਕੀਤੀ, ਦਾਸ ਵੀ ਉਸ ਸਮੇਂ ਦਬਲਾਣ ਰਹਿੰਦਾ ਸੀ ਜਦੋਂ ਇਹ ਮਹਾਂਪੁਰਸ਼ ਉੱਥੇ ਰਿਹਾ ਕਰਦੇ ਸਨ, ਭਾਈ ਅਮਰੀਕ ਸਿੰਘ, ਅਤੇ ਉਸ ਸਮੇਂ ਬਹੁਤ ਸਮਾਂ ਹੋਰ ਸੀਗਾ,
ਬੰਦਗੀ ਵਾਲਾ ਸਮਾਂ ਸੀ, ਪ੍ਰੇਮੀ ਸਨ ਬਹੁਤ, ਅੱਜ ਵੀ ਹੈ। ਸੋ ਇਸ ਕਰਕੇ ਆਓ ਗੁਰੂ ਕੇ ਪਿਆਰੇ ਹੋਰਾਂ ਦੇ ਵੀ ਆਪਾਂ ਬਚਨ ਸੁਣਨੇ ਹਾਂ, ਪਰ ਇਤਨਾ ਹੀ ਸਮਾਂ ਪ੍ਰਵਾਨ ਕਰਨਾ। ਕਦੇ ਫਿਰ ਸਮਾਂ ਲੱਗਿਆ, ਕੋਈ ਸਮਾਂ ਖੁੱਲ੍ਹਾ ਹੋਇਆ, ਮਹਾਂਪੁਰਸ਼ਾਂ ਦੇ ਜੀਵਨ ਬਾਰੇ ਫਿਰ ਆਪਾਂ ਵਿਚਾਰਾ ਕਰਾਂਗੇ। ਸੋ ਇਤਨੀਆਂ ਹਾਜ਼ਰੀਆਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੱਥ ਜੋੜ ਕੇ ਕਿ ਮਾਫ਼ ਕਰ ਦੇਣਾ, ਵਿਚਾਰਾਂ ਕਰਦਿਆਂ ਬੇਅੰਤ ਗੱਲਾਂ ਭੁੱਲਾਂ ਚੁੱਕਾ ਹੋ ਜਾਂਦੀਆਂ, ਆਪ ਬਖਸ਼ਣਹਾਰ ਹੋ। ਸੋ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਸੈਕਟਰੀ ਸਾਹਿਬ ਦਾ, ਬਾਬਾ ਜੀ ਦਾ, ਬਾਬਾ ਭੁਪਿੰਦਰ ਸਿੰਘ ਜੀ ਦਾ, ਹੋਰ ਆਏ ਮਹਾਂਪੁਰਸ਼ਾਂ ਦਾ, ਸੰਗਤ ਦਾ, ਕੋਟਾਨ ਕੋਟਾਨ ਧੰਨਵਾਦ। ਸਾਰੇ ਮਾਈ ਭਾਈ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।